ਖਾਲਸਾ ਸਿਵਲ ਫਤਿਹ। ਅੱਜ ਸਤਸੰਗ ਜੀ, ਅੱਜ ਆਪਾਂ ਰਮੀਤ ਸਿੰਘ ਮਾਨ ਵਾਲਾ ਭੰਗੜਾ ਦੇ ਅੰਤਮ ਨਾਲ ਜੁੜੇ ਹਾਂ। ਇਹ ਮੌਤ ਆ ਗੈਰ ਕੁਦਰਤੀ ਅਨਨੈਚੁਰਲ ਮੌਤ, ਕੁਦਰਤੀ ਮੌਤ ਨਹੀਂ ਹੈ। ਦੁੱਖ ਤਾਂ ਕੁਦਰਤੀ ਮੌਤ ਦਾ ਵੀ ਬਹੁਤ ਵੱਡਾ ਹੁੰਦਾ, ਬਿਮਾਰ ਹੋ ਕੇ ਮੌਤ ਹੋ ਜਾਏ, ਐਕਸੀਡੈਂਟ ਹੋ ਕੇ ਮੌਤ ਹੋ ਜਾਏ, ਕਿਉਂਕਿ ਇਸ ਕਿਸਮ ਦੀਆਂ ਮੌਤਾਂ ਨੇ ਇਹ ਡਾਢਾ ਦੁੱਖ ਹੁੰਦੀਆਂ। ਪਰਿਵਾਰ ਨੂੰ ਤਾਂ ਹੈ ਹੀ, ਰਮੀਤ ਸਿੰਘ ਦੇ ਪਿਤਾ ਜੀ, ਮਾਤਾ ਜੀ, ਉਹਨਾਂ ਦੀ ਵਾਈਫ, ਉਹਨਾਂ ਦੀ ਕੁੱਲ ਬਾਕੀ ਬੱਚੀ ਜਿਹੜੇ ਹੁਣ ਲਾ ਕੀਤਾ ਤੇ ਉਹ ਪੀਸੀਐਸ ਕਰ ਰਹੀ ਆ, ਤੇ ਪਰਿਵਾਰ ਨੂੰ ਇਹਨਾਂ ਦਾ ਰਮੀਤ ਸਿੰਘ ਦਾ ਜਿੰਨਾ ਕੁ ਵਾਸਤਾ ਹੈ ਉਹਨਾਂ ਉਹਨਾਂ ਦੁੱਖ। ਮੇਰਾ ਵਾਸਤਾ ਰਮੀਤ ਸਿੰਘ ਨਾਲ ਲੰਬੇ ਸਮੇਂ ਤੋਂ ਵੀ ਹੈ। 16 ਦਸੰਬਰ 2023 ਨੂੰ ਅਸੀਂ ਜੋ ਦੁਨੀਆ ਦੇ ਦੇਸ਼ ਦੇ ਪੰਜਾਬ ਦੇ ਹਾਕਮਾਂ ਵੱਲੋਂ, ਮੈਂ ਸੁਨੀਲ ਬੇਨਤੀ ਕਰਨਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਉਹ ਕਿਰਪਾ ਕਰਕੇ ਦੇਰ ਜਿਹੜੀ ਵਾਰ ਵਰਤਾਈ ਜਾ ਰਹੀ ਹੈ ਨਾ ਉਹਨੂੰ ਬੰਦ ਕਰਤਾ। ਉਹ 10 ਮਿੰਟ ਦੀ ਗੱਲ ਆ ਸਾਰੀ, ਜਿਹੜੀ ਦੇਖਭਾਲ ਵਰਤਾਈ ਜਾ ਰਹੀ ਆ ਹੱਥ ਚੁੱਟ ਬੇਨਤੀ ਆ, ਉਹ ਦੇਖ ਵਰਤਾਉਣੀ ਬੰਦ ਕੀਤੀ ਆ। ਸਾਡੇ ਪੰਜਾਬ ਦਾ ਬੜੇ ਲੰਮੇ ਸਮੇਂ ਤੋਂ ਵੱਡਾ ਨੁਕਸਾਨ ਹੋਇਆ। 47 ਚ ਅਸੀਂ 10 ਲੱਖ ਜਾਨਾਂ ਗੁਆਈਆਂ, ਉਸ ਤੋਂ ਬਾਅਦ 78-70 ਦੇ ਵਿੱਚ ਕੁਛ ਸੰਭਾਵਨੇ ਸ਼ੁਰੂ ਹੋਏ, ਉਸ ਤੋਂ ਬਾਅਦ 80-90 ਦੇ ਦਹਾਕੇ ਦੇ ਵਿੱਚ ਪੰਜਾਬ ਨੇ ਬੜਾ ਕਸ਼ਟ ਭੋਗਿਆ ਤੇ 40,000 ਦੇ ਕਰੀਬ ਜਾਨਾਂ ਨੇ ਜਿਹੜੀਆਂ, ਇਹਨਾਂ ਦੀ ਹਲੇ ਗਿਣਤੀ ਪੱਕੀ ਨਹੀਂ ਹੈ, ਅਸੀਂ ਪੰਜਾਬ ਨੇ ਗੁਆਈ ਆ। ਤੇ ਜਿਹੜਾ ਨਸ਼ੇ ਦੀ ਜੰਗ ਹੈ, ਜੰਗ ਕੈਲਕੂਲੇਟਡ ਢੰਗ ਨਾਲ ਤੁਰੀ ਗਈ ਆ ਕਿ ਇੱਥੇ ਕਿਵੇਂ ਖਤਮ ਕਰਨਾ ਹੈਗਾ। ਉਹ ਨਸ਼ੇ ਦੀ ਜੰਗ ਚੱਲ ਰਹੀ ਆ, ਉਹਦੇ ਤਹਿਤ ਹੀ ਅਸੀਂ 16 ਦਸੰਬਰ ਨੂੰ ਸੰਗਰੂਰ ਦੇ ਵਿੱਚ ਇੱਕ ਕਨਵੈਨਸ਼ਨ ਸਿੱਟੀ ਦੀ, ਹਜ਼ਾਰਾਂ ਲੋਕ ਸ਼ਾਮਲ ਹੋਏ। ਡੀਐਸਪੀ ਬਲਵਿੰਦਰ ਸਿੰਘ ਸੇਖੋਂ ਬੈਠੇ ਨੇ, ਬਾਪੂ ਬਲਕੌਰ ਸਿੰਘ ਗਿੱਲ ਬੈਠੇ ਨੇ, ਜਿਹਨਾਂ ਤੁਸੀਂ ਜਾਣਦੇ ਹੋ, ਮੋਲ ਸਾਹਿਬ ਬੈਠੇ ਨੇ। ਅਸੀਂ ਇਹ ਮੁੱਦਾ ਲੈ ਕੇ ਚੱਲੇ ਕਿ ਇਸ ਤੇ ਬੜੀ ਵੱਡੀ ਲਾਮਬੰਦੀ ਹੋ ਗਈ, ਕਿਉਂਕਿ ਜਿਹੜਾ ਮੇਰਾ ਆਪਣਾ ਵਿਚਾਰ ਆ, ਇਹ ਜਿੰਨੀਆਂ ਮੌਤਾਂ ਹੋਈਆਂ ਜਾਂ ਨਸ਼ੇ ਚੱਲੇ, ਇਹਦੇ ਲਈ ਜ਼ਿੰਮੇਵਾਰ ਇੱਕ ਸਿਸਟਮ ਪੋਲੀਟੀਕਲ ਸਿਸਟਮ ਆ, ਜਿਹੜਾ ਵੱਖ ਵੱਖ ਪਾਰਟੀਆਂ 'ਚ ਆ, ਜਿਹੜਾ ਇਹਨੂੰ ਸਮੇਂ ਸਮੇਂ 'ਤੇ ਵਰਤਦਾ ਹੈ। ਰਮੀਤ ਸਿੰਘ ਕਾਲਾ ਉੱਥੇ ਕਾਫਲਾ ਲੈ ਕੇ ਆਇਆ, ਮੈਂ ਵੀ ਹੈਰਾਨ ਸੀ ਕਿ ਰਮੀਤ ਸਿੰਘ ਕਾਲਾ ਇੰਨੇ ਬੰਦੇ ਕਾਫਲਾ ਲੈ ਕੇ ਆਇਆ, ਉੱਥੇ ਭਾਸ਼ਣ ਵੀ ਦਿੱਤਾ ਜਿਹਦੀ ਵੀਡੀਓ ਵਾਇਰਲ ਹੋਈ ਆ। ਕੀ ਤਾਂ ਉਹ ਦੱਸਦਾ ਸੀ ਵੀ ਉਹਨੂੰ ਕਰਦਾ, ਉਹਨੇ ਆਪਣੇ ਆਪ ਨੂੰ ਚੇਂਜ ਕਰ ਲਿਆ, ਤਬਦੀਲ ਕਰ ਲਿਆ, ਉਹ ਪੰਜਾਬ ਦਾ ਦਰਦ ਮਨਾਉਣ ਵਾਸਤੇ ਹੁਣ ਤਿਆਰ ਪਰ ਤਿਆਰ ਹੈ। ਉਸ ਤੋਂ ਬਾਅਦ ਇੱਕ ਦੋ ਵਾਰੀ ਅਸੀਂ ਮਿਲੇ ਵੀ, ਪਰ ਬੜੀ ਛੇਤੀ ਕਿ ਉਹ ਹੋਰ ਕੰਮ ਕਰਦਾ ਜਾਂ ਕਾਫਲੇ ਸਾਡੇ ਤੁਰਦਾ, ਉਹ ਸਾਡੇ ਹੱਥੋਂ ਖੋ ਲਿਆ ਗਿਆ। ਮੈਂ ਬੇਨਤੀ ਕਰਦਾ
ਇਹ ਬਲਾਕ ਮੋਟ ਨਹੀਂ ਹੈ, ਇਹ ਕਿਸੇ ਘਰ ਨੂੰ ਲੱਗੀ ਅੱਗ, ਕੱਲ ਨੂੰ ਸਾਡੇ ਅੱਗ ਲੱਗ ਸਕਦੀ ਹੈ। ਨੌਜਵਾਨ ਮੁੰਡੇ ਉੱਠਦੇ ਨੇ, ਕਈ ਵਾਰੀ ਰਾਜਨੀਤਿਕ ਲੋਕ ਨੇ ਜਿਹੜੇ ਉਹਨਾਂ ਨੂੰ ਆਪਣੇ ਰਾਜਨੀਤਿਕ ਕਹਿੰਦ ਵਾਸਤੇ ਮਤਲਬ ਵਾਸਤੇ ਵਰਤਦੇ ਨੇ। ਮੈਂ ਦੇਖ ਰਿਹਾ ਪਿਛਲੇ ਸਮੇਂ ਚ ਗੁਰਮੀਤ ਸਿੰਘ ਦੀਆਂ ਫੋਟੋਆਂ ਬਹੁਤ ਸਾਰੇ ਸਿਆਸੀ ਲੀਡਰਾਂ ਦੇ ਨਾਲ, ਸਿਆਸੀ ਲੀਡਰਾਂ ਨਾਲ ਫੋਟੋਆਂ ਦੇਖੀਆਂ। ਉਹਨਾਂ ਚੋਂ ਤਿਉਹਾਰ ਰਹੇ, ਸਿੱਖ ਦੇ ਮਿਨਿਸਟਰ ਰਹੇ, ਪੰਜਾਬ ਦੇ ਰਹੇ, ਅੱਜ ਉਹ ਇੱਥੇ ਦਿਖਾਈ ਨਹੀਂ ਦੇ ਰਹੇ, ਅੱਜ ਉਹ ਦਿਖਾਈ ਨਹੀਂ ਦੇਣਗੇ। ਸਾਡਾ ਵਾਸਤਾ ਬਹੁਤ ਲੰਬਾ ਨਹੀਂ ਹੈ ਗੁਰਮੀਤ ਨਾਲ, ਸਾਨੂੰ ਇੱਕੋ ਸੀ ਵੀ ਅਸੀਂ ਪੰਜਾਬ ਨੇ ਜਿਹੜਾ 80 ਤੋਂ ਲਾ ਕੇ 93 ਤੱਕ ਬਹੁਤ ਵੱਡਾ ਪਰਸ ਚੱਲਿਆ। ਮਾਨਸਾ ਬੈਠੇ ਨੇ ਇੱਥੇ, ਮੈਂ ਕਿਸੇ ਵਿਸ਼ੇਸ਼ ਪ੍ਰਚਾਰ ਕਰਤਾ ਸੀ, ਮੈਂ ਉਸ ਸਮੇਂ MLA ਸੀ ਔਰ ਤੁਹਾਨੂੰ ਸ਼ਾਇਦ ਪਤਾ ਹੋਵੇ ਮੇਰੀ ਗੱਡੀ ਵੀ ਬੰਬ ਬਲਾਸਟ ਹੋ ਗਈ ਸੀ। ਪਰ ਅਸੀਂ ਸਮਝਦੇ ਸੀ ਜੋ ਸਟੇਟ ਕਰ ਰਹੀ ਹੈ, ਜੋ ਪੁਲਿਸ ਕਰ ਰਹੀ ਹੈ। ਮੈਂ ਨੇੜੇ ਹੋ ਕੇ ਤੱਕਿਆ, 5 ਸਾਲ MLA ਰਿਹਾ, ਕਿਵੇਂ ਮੁੰਡਿਆਂ ਨੂੰ ਪੜਾਇਆ ਜਾਂਦਾ ਸੀ, ਕਿਵੇਂ ਬੇਕੰਕਾਊਂਟਰ ਕੀਤੇ ਜਾਂਦੇ ਸੀ, ਕਿਵੇਂ ਝੂਠੇ ਮੁਕਾਬਲੇ ਕੀਤੇ ਜਾਂਦੇ ਸੀ। ਰਾਜਨੀਤਿਕ ਲੋਕਾਂ ਦਾ ਇਹ ਕੰਮ ਨਹੀਂ ਹੈ ਕਿ ਤੁਸੀਂ ਝੂਠ ਬੋਲ ਕੇ, ਨਸ਼ੇ ਵੰਡ ਕੇ, ਧਰਮ ਦਾ ਵਾਸਤਾ ਪਾ ਕੇ, ਇਹ ਕਰਕੇ ਸੱਤਾ ਤੇ ਆਓ ਤੇ ਜਦੋਂ ਲੋਕਾਂ ਦੇ ਪੱਖੋਂ ਅੰਗ ਚੁੱਕੇ ਤੇ ਗੁਜਰੀ ਸਿੜਦੇ ਹੋ। ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ, ਪੰਜਾਬ ਡਾਢੇ ਸੰਕਟ ਚੋਂ ਨਿਕਲ ਗਿਆ, ਪੰਜਾਬੀਆਂ ਦੀ ਗਿਣਤੀ ਇੱਥੇ ਘੱਟਦੀ ਜਾ ਰਹੀ ਹੈ, ਰੋਜ਼ਾਨਾ ਆਤਮ ਹੱਤਿਆਵਾਂ ਹੋ ਰਹੀਆਂ ਨੇ, ਰੋਜ਼ਾਨਾ ਐਕਸੀਡੈਂਟ ਹੋ ਰਹੇ ਨੇ। ਅਸੀਂ ਲੁੱਟਣ ਤੋਂ ਆਏ, ਇੱਕ ਨੌਜਵਾਨ ਮੁੰਡਾ ਉਹਦਾ ਸਿਰ ਹੀ ਨਹੀਂ ਸੀ, ਐਕਸੀਡੈਂਟ ਹੋ ਕੇ ਮਰੇ। ਰੋਜ਼ਾਨਾ ਹੀ ਬੇਕੰਕਾਊਂਟਰ ਵੀ ਹੋ ਰਹੇ ਨੇ, ਨਸ਼ਿਆਂ ਨਾਲ ਲੋਕ ਮਰ ਰਹੇ ਨੇ। ਇਸ ਲਈ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਕੋਈ ਹੋਰ ਨੌਜਵਾਨ ਮੁੰਡਾ ਕਾਲੇ ਰਾਹ ਤੇ ਨਾ ਜਾਵੇ। ਇਹਦਾ ਮੁਕਾਬਲਾ ਕੇਵਲ ਤੇ ਕੇਵਲ ਗੁਰੂਆਂ ਨੇ ਕਿਹਾ, ਗੁਰੂ ਵੀ ਬਸਵੇ ਤੇ ਸੰਗਤ ਵੀ ਕੀ ਬਸਵੇ। ਇਹਨਾਂ ਸਿਆਸੀ ਪਾਰਟੀਆਂ ਨੇ, ਇਹਨਾਂ ਸਰਕਾਰਾਂ ਨੇ ਵੀ ਕਰਨਾ, ਜੇ ਲੋਕ ਸਿਰ ਜੋੜ ਕੇ, ਸਾਡੀ ਜਾਤ ਕੋਈ ਹੋ ਸਕਦੀ ਆ, ਧਰਮ ਕੋਈ ਹੋ ਸਕਦਾ, ਸਾਡੀ ਪਾਰਟੀ ਕੋਈ ਹੋ ਸਕਦੀ ਆ, ਅਸੀਂ ਸਿਰ ਜੋੜ ਕੇ ਇਹ ਇਕੱਠੇ ਕਰੀਏ ਵੀ ਇਹ ਕੰਕਾਊਂਟਰ ਨਾ ਹੋਣ। ਔਰ ਖਾਸ ਕਰਕੇ ਪ੍ਰਣਾਲੀ ਦੇ ਵਿੱਚ ਤੁਹਾਡੇ ਹਸਪਤਾਲ ਦੇ ਵਿੱਚੋਂ ਨੌਜਵਾਨ ਮੁੰਡੇ ਨੂੰ ਚੱਕ ਕੇ ਲਗਾਏ ਤੇ ਉਹਦੇ ਗਿੱਟੇ 'ਚ ਗੋਲੀ ਮਾਰ ਕੇ, ਜਾਂ ਕਬੱਡੀ ਪਲੇਅਰ ਸੀ ਜਿਹਨਾਂ 'ਚ 302 ਦਾ ਪਰਚਾ ਵੀ ਦਰਜ ਕੀਤਾ। ਕਿਉਂਕਿ ਜਿਹੜਾ ਸੋਸ਼ਲ ਮੀਡੀਆ ਚੰਗੇ ਕੰਮ ਵੀ ਕਰਦਾ, ਪਰ ਸੋਸ਼ਲ ਮੀਡੀਆ ਤੇ ਪ੍ਰਚਾਰ ਵੀ ਇਹਨਾਂ ਦਿੱਤਾ ਹੁੰਦਾ, ਗੋਲੀ ਚੱਲ ਗਈ, ਮਾਰ ਦਿੱਤਾ, ਜੇ ਕੱਟ ਦਿੱਤਾ, ਇਹਨੂੰ ਸਾਨੂੰ ਸਮਝਣਾ ਪਊਗਾ। ਅਸੀਂ ਉਹ ਕਬੱਡੀ ਪਲਾਗਿਆਂ ਦਾ ਪਟਾਕਿਆਂ ਦਾ ਜਿਹੜਾ ਮੁਕਾਬਲਾ ਸੀ, ਅਸੀਂ 7 ਦਿਨ ਤਹਿਕੀਕਾਤ ਕੀਤੀ, ਉਹਦੀ ਖੋਜ ਕੀਤੀ, ਅਸੀਂ ਇਸ ਸਿੱਟੇ ਤੇ ਪਹੁੰਚੇ। 302 ਵੀ ਗਲਤ, 307 ਦਾ ਪਰਚਾ ਟੋਟਲੀ ਗਲਤ, ਪਰ ਲੋਕ ਉਸ ਤੰਗ ਨਾਲ ਉੱਠ ਨਹੀਂ ਰਹੇ ਜਿਹਨੇ ਉੱਠਣਾ ਚਾਹੀਦਾ। ਮੇਰਾ ਉਹਨਾਂ ਤੁਹਾਡੀ ਪਲੇਅਰਾਂ ਨਾਲ ਕੋਈ ਰਸਤਾ ਨਹੀਂ ਹੈ, ਅਸੀਂ ਸਮਝਦੇ ਹਾਂ ਵੀ ਰੋਕੂ ਕੌਣ, ਕੋਈ ਤਾਂ ਉੱਠੂਗਾ ਨਾ ਜਿਹੜਾ ਇਹਦੇ ਖਿਲਾਫ਼ ਆਵਾਜ਼ ਬੰਦ ਕਰੂਗਾ। ਜੇਕਰ ਗੁਰਮੀਤ ਸਿੰਘ ਕਾਲੇ ਦਾ ਐਨਕਾਊਂਟਰ ਹੋਇਆ, ਸਾਹਮਣੇ ਗੋਲੀਆਂ ਚੱਲੀਆਂ ਨੇ, ਇਹਦੀ ਭਾਈ ਕਿਸੇ ਹਾਈਕੋਰਟ ਦੇ ਜੱਜ ਤੋਂ ਇਨਕੁਆਰੀ ਕਿਉਂ ਨਾ ਹੋਵੇ। ਕੋਈ ਪੰਜੇ ਚੰਗੇ ਪੁਲਿਸ ਅਫਸਰ ਵੀ ਹੈਗੇ, ਅਸੀਂ ਜਾਣਦੇ ਹਾਂ, ਉਹਨਾਂ ਦੀ ਦੇਖ ਰੇਖ ਦੇ ਵਿੱਚ ਇਨਕੁਆਰੀ ਹੋ ਜਾਵੇ। ਜੇਕਰ ਗੁਰਮੀਤ ਸਿੰਘ ਕਾਲੇ ਨੇ ਗੋਲੀਆਂ ਚਲਾਈਆਂ ਨੇ, ਲੋਕ ਸ਼ਾਂਤ ਹੋ ਕੇ ਬੈਠ ਜਾਣਗੇ, ਜਿਹਦੇ ਚ ਕੁਛ ਹੋਰ ਨਿਕਲਦਾ ਤੇਰੇ ਮਰਡਰ ਆ, ਤੇਰੇ
ਸਫਲ ਦਾ ਜਿਵੇਂ ਆਰਮੀ ਦੇ ਉੱਤੇ ਸਾਡੇ ਮੁੰਡੇ ਤੇ ਆਪ ਦੇ ਗੋਲੀਆਂ ਚਲਾਈਆਂ ਮਾਰ ਦਿੱਤਾ ਗਿਆ ਉਹਦਾ ਪਰਚਾ ਦਾ FIR ਦਰਜ ਕਰਾਉਣ ਵਾਸਤੇ ਟਾਈਮ ਲੱਗਿਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਪੰਜਾਬੀਓ ਜਾਗੋ ਕਾਲਾ ਪਹਿਲਾ ਤੇ ਆਖਰੀ ਨਹੀਂ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਜਿਹਨਾਂ ਨੂੰ ਕੋਈ ਲੋੜ ਨਹੀਂ ਹੈ ਉਹਨਾਂ ਨਾਲ ਵੱਡੀ ਸਿਕਿਉਰਟੀਆਂ ਨੇ ਕਿਸੇ ਨੂੰ ਸਾਡੇ ਨਾਲ ਵੀ ਸਿਕਿਉਰਟੀ ਹੋਈ ਜੇ ਅਸੀਂ ਸੱਚ ਬੋਲਦੇ ਸੱਚ ਦਾ ਪਹਿਰਾ ਦਿੰਦੇ ਹੋਏ ਸਾਡੇ ਗੋਲੀ ਵੱਜਦੇ ਸਾਨੂੰ ਕੋਈ ਇਤਰਾਜ਼ ਨਹੀਂ ਅੱਜ ਤੁਸੀਂ ਸਿਕਿਉਰਟੀਆਂ ਉਹਨਾਂ ਲੋਕਾਂ ਨੂੰ ਦਿੱਤੀਆਂ ਹੋਈਆਂ ਨੇ ਜਿਹਨਾਂ ਦਾ ਸਟੇਟਸ ਸਿੰਬਲ ਆ ਤੇ ਤੁਸੀਂ ਪੰਜਾਬ ਦੀ ਬਰਬਾਦੀ ਕਰ ਰਹੇ ਹੋ ਸੋ ਮੈਂ ਇਹ ਸਮਝਦਾ ਵੀ ਇਸ ਦੀ ਇਨਕੁਆਇਰੀ ਜਿਹੜੀ ਹੋਣੀ ਚਾਹੀਦੀ ਆ ਇਨਕੁਆਇਰੀਆਂ ਰੁਕਿਆ ਵੀ ਹੋ ਜਾਂਦੀਆਂ ਇਨਕੁਆਇਰੀਆਂ ਜਿਸ ਨੇ ਇਨਕਾਰ ਕੀਤਾ ਸੀ ਸ਼ਾਇਦ ਉਤਨੀ ਆਵਾਜ਼ ਉੱਠਣੀ ਚਾਹੀਦੀ ਸੀ ਇਨਕੁਆਇਰੀ ਹੁੰਦੀ ਆ ਇਹਦੇ ਤੇ ਇਹ ਸਮਝੋ ਸਾਨੂੰ ਸਾਡੇ ਪੁੱਤ ਤੱਕ ਦਾ ਪੁੱਤ ਵੀ ਕੋਈ ਇੱਕ ਦੂਜੇ ਹੋ ਸਕਦਾ ਇਹ ਕਿਸੇ ਤੇ ਵੀ ਸਮਣਾ ਹੋ ਸਕਦਾ ਸੋ ਮੈਂ ਇਹ ਬੇਨਤੀ ਕਰਦਾ ਜਿਹੜੇ ਤੁਸੀਂ ਇੱਥੇ ਆਏ ਹੋ ਬੜੀ ਵੱਡੀ ਗਿਣਤੀ 'ਚ ਆਏ ਹੋ ਜੇ ਪਾਲਾ ਇੰਨਾ ਹੀ ਮਾੜਾ ਹੁੰਦਾ ਜਿੰਨਾ ਇਹ ਪ੍ਰਚਾਰ ਕੀਤਾ ਗਿਆ ਫਿਰ ਤਾਂ ਸ਼ਾਇਦ ਇੱਥੇ 50 ਬੰਦੇ ਨਾ ਹੁੰਦੇ ਮੈਂ ਪਿੰਡ ਦੇ ਵਿੱਚ ਸੁਣਿਆ ਮਾਈਆਂ ਤੋਂ ਸੁਣਿਆ ਜਿੱਦਾਂ ਸੰਸਕਾਰ ਕਰਨ ਜਾ ਰਹੇ ਸੀ ਉਹਦਾ ਬੜਾ ਚੰਗਾ ਸੀ ਗਰੀਬਾਂ ਨੂੰ ਤੰਗ ਨਹੀਂ ਸੀ ਕਰਦਾ ਗਰੀਬਾਂ ਨੂੰ ਕੁਛ ਨਹੀਂ ਸੀ ਕਹਿੰਦਾ ਸਾਰਾ ਇੱਕ ਨੀਂਜ ਦਾ ਮਤਲਬ ਆ ਕਾਲੇ 'ਚ ਟੋਪੀਆਂ ਵੀ ਸੀ ਸੋ ਜਿਸ ਤਰ੍ਹਾਂ ਦੇ ਨਾਲ ਫੇਕ ਇਨਕਾਊਂਟਰ ਹੋ ਰਹੇ ਨੇ ਝੂਠੇ ਮੁਕਾਬਲੇ ਹੋ ਰਹੇ ਨੇ ਜਿਹੜਾ ਸਥਾਪਤ ਸਿਆਸੀ ਢਾਂਚਾ ਜਿਹਨਾਂ ਨੇ ਸਮੇਂ ਸਮੇਂ ਦੇ ਉੱਤੇ ਰਾਜ ਕੀਤਾ ਮੈਨੂੰ ਬੜੀ ਘੱਟ ਆਸਾ ਵੀ ਉਹ ਉੱਠਣਗੇ ਉਹ ਇਹ ਕਰਨਗੇ ਜੇ ਹੁੰਦਾ ਤਾਂ ਜਿਹਨਾਂ ਦੇ ਨਾਲ ਕਾਲਾ ਨਿਭਿਆ ਤਾਂ ਰਾਜ ਵੀ ਇਸ ਭੋਗਦੇ ਹੁੰਦੇ ਮੈਂ ਬਹੁਤ ਅਫਸਰਾਂ ਕਹਿੰਦਾ ਹੋਇਆ ਅਸੀਂ ਕਬੱਡੀ ਮੁਲਾਜ਼ਮਾਂ ਦੀ ਜਿਹੜੀ 302 ਦਾ ਝੂਠਾ ਮੁਕਾਬਲਾ ਬਣਿਆ ਕੇਸ ਬਣਿਆ 307 ਦਾ ਝੂਠਾ ਉਹਦੇ ਤੇ ਛੋਟੀ ਜਿਹੀ ਮੁਹਿੰਮ ਚਲਾ ਰਹੇ ਸਾਨੂੰ ਸੱਚ ਆ ਜਿਹੜਾ ਉਹ ਜੂ ਦੀ ਤੋੜ ਤੋੜਦਾ ਝੂਠਾ ਜਿਹੜਾ ਉਹ ਮਾਈ ਜਾ ਕੇ ਪੁੱਜਦਾ ਇਹਦੇ ਤੇ ਵੀ ਬੜਾ ਕੁਛ ਬੁੱਲਿਆ ਗਿਆ ਲੋਕਾਂ 'ਚ ਪ੍ਰਚਾਰ ਕੀਤਾ ਗਿਆ ਤੋ ਮੈਂ ਆਸ ਕਰੂੰਗਾ ਹਾਲਾ ਚਲੇ ਗਿਆ ਹੌਲੀ ਹੌਲੀ ਜਾ ਕਮਲੇ ਨੇ ਠੀਕ ਹੋਣਗੇ ਹੌਲੀ ਹੌਲੀ ਪਰਿਵਾਰ ਵੀ ਆ ਜਿਹੜਾ ਉਹ ਇੰਨਾ ਐਡਜਸਟ ਕਰੂਗਾ ਪਰ ਅਸੀਂ ਮੈਂ ਬੇਨਤੀ ਕਰਨੀ ਚਾਹੁੰਦਾ ਬਹੁਤ ਬੇਨਤੀ ਥੋੜੀ ਰਹੀ ਸ਼ੀਸ਼ਨ ਮਿੱਟੀ ਜਾਏ ਇਹ ਖਰੀਦੇ ਕਾਰ ਨੇ ਮਸਤਾਨ ਚਾਏ ਰੋਜ਼ਾਨਾ ਦਿਨ ਚੜ੍ਹਦਾ ਦਿਨ ਛਿਪ ਜਾਂਦਾ ਤੁਹਾਡਾ ਹਿਸਾਬ ਕਿਤਾਬ ਜਦੋਂ ਤੁਹਾਨੂੰ ਚਾਰ ਪਾਈ ਚੱਕਣਗੇ ਉਦੋਂ ਹਿਸਾਬ ਕਿਤਾਬ ਕੀਤਾ ਜਾਣਾ ਕਿ ਤੁਸੀਂ ਸਮਾਜ ਨੂੰ ਰੁੱਟਿਆ ਕੁੱਟਿਆ ਧੁੱਪ ਬੋਲਿਆ ਜਾਂ ਸਮਾਜ ਦੇ ਵਿੱਚ ਸਭ ਭਾਵਨਾ ਪੈਦਾ ਕਰਨ ਵਾਸਤੇ ਕੋਈ ਫਰਾਦੇ ਕੀਤੇ ਨੇ ਇਸ ਸਮੇਂ ਤੇ ਜਿੱਥੇ ਮੈਂ ਪਰਿਵਾਰ ਦੇ ਦੁੱਖ ਦੇ ਵਿੱਚ ਸ਼ਾਮਲ ਹੁੰਦਾ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦੇ ਦੁੱਖ ਲਈ ਸ਼ਾਮਲ ਹੁੰਦਾ ਮੈਂ ਅਖੀਰੀ ਗੱਲ ਇਹ ਕਹਿਣੀ ਚਾਹੁੰਦਾ ਵੀ ਇਹਨੂੰ ਸਧਾਰਨ ਮੌਤ ਸਮਝ ਕੇ ਨਾ ਛੱਡਿਓ ਮੌਤ ਨੂੰ ਕੀਮਤ ਤਾਰਨਾ ਪੈਂਦਾ ਸੱਚ ਬੋਲਣ ਦਾ ਕੀਮਤ ਤਾਰਨਾ ਪੈਂਦਾ ਜੇ ਸੱਚ ਦੀ ਕੀਮਤ ਨਾ ਕਰਦੇ ਸਾਡੇ ਪੰਜਵੇਂ ਰੂਪ ਕਵੀਆਂ ਸੱਤੀਆਂ ਕਵੀਆਂ ਦੇ ਵਿੱਚ ਜੇ ਸੱਚ ਬੋਲਿਆ ਸਵਰ ਸਵਾਰਿਆ ਸੱਚ ਬੋਲਿਆ ਸੀਸ ਦਿੱਤਾ ਜਾ ਕੇ ਤਾਂ ਅੱਜ ਇਸੇ ਕਰਕੇ ਅਸੀਂ ਜਿੰਦਾ ਸੋ ਮੈਂ ਆਸ ਕਰਦਾ ਕਿ ਤੁਸੀਂ ਲਾਜ਼ਮੀ ਇੱਥੇ ਮਹਿਲ ਅਰਦਾਸ ਕਰਕੇ ਮੱਥਾ ਟੇਕ ਕੇ ਵੀ ਜਾਓਗੇ ਤੁਸੀਂ ਲਾਜ਼ਮੀ ਜਿਹੜੀ ਸੱਚਾਈ ਆ
ਜਿਹੜਾ ਕੁਝ ਸਾਡੇ ਸਾਹਮਣੇ ਆ ਉਹਦੇ ਤੇ ਗੌਰ ਕਰੋਗੇ, ਸੋਚ ਵਿਚਾਰ ਕਰੋਗੇ ਔਰ ਇਨਸਾਫ਼ ਲੈਣ ਵਾਸਤੇ ਤੁਸੀਂ ਹਰ ਸਮੇਂ ਤਤਪਰ ਤਿਆਰ ਰਹੋਗੇ। ਸਾਡਾ 26 ਫਰਵਰੀ ਨੂੰ ਜਿਹੜਾ ਉਮੀਦ ਸਿਹਤ ਦੀ ਕੋਠੀ ਅੱਗੇ ਧਰਨਾ ਰੱਖਿਆ ਸੀ, ਅਸੀਂ ਅਸੀਂ ਪੋਸਟਪੋਨ ਕਰ ਦਿੱਤਾ ਕਿਉਂਕਿ ਬੱਚੇ ਕਾਂਡ ਆ ਗਿਆ, ਉਹ ਸ਼ਾਇਦ ਹੁਣ ਅਸੀਂ 10 ਤਰੀਕ ਨੂੰ ਕਰਾਂਗੇ। ਜਿੰਨੀ ਸਾਡੀ ਸ਼ਕਤੀ ਆ ਅਸੀਂ ਪਿੰਡ ਪਿੰਡ ਜਾਵਾਂਗੇ, ਜੋ ਮਰਜ਼ੀ ਕੀਮਤ ਆਉਣੀ ਪੈ ਜਾਵੇ। ਸਾਨੂੰ ਡਰਨ ਦੀ ਲੋੜ ਨਹੀਂ ਹੈ, ਇਹ ਜ਼ਿੰਦਗੀ ਵਾਰ ਵਾਰ ਨਹੀਂ ਆਉਂਦੀ, ਇੱਕੋ ਵਾਰ ਆਉਂਦੀ ਆ, ਤੇ ਅਸੀਂ ਸਮਝਦੇ ਹਾਂ ਤੁਸੀਂ ਸਾਰੇ ਸਾਰੇ ਨੂੰ ਸੱਚੀ ਸ਼ਰਧਾਂਜਲੀ ਇਹੀ ਆ। ਸਾਨੂੰ ਕੋਈ ਹੋਰ ਨੌਜਵਾਨ ਕਿਸੇ ਮਾਂ ਦਾ ਪੁੱਤ, ਕਿਸੇ ਸਾਡੀ ਭੈਣ ਦਾ ਸੁਹਾਗ, ਕਿਸੇ ਧੀ ਦਾ ਬਾਪ, ਕਿਸੇ ਪਿਓ ਦਾ ਪੁੱਤ ਇਸ ਤਰ੍ਹਾਂ ਨਾ ਜਾਵੇ। ਆਪਾਂ ਸਾਰੇ ਉਪਰਾਲਾ ਕਰੀਏ। ਮੈਨੂੰ ਪੂਰਨ ਆਸਾ ਪੰਜਾਬ ਹਿੰਦੂ ਦਾ ਮੁਸਲਮਾਨ ਪੰਜਾਬ ਵਸਦਾ ਪੁਰਾਣੇ ਨਾਮ ਤੇ ਪੰਜਾਬੀ ਲੋਕ ਪੜ੍ਹਨਗੇ ਔਰ ਸੱਚ ਤੇ ਪਹਿਰਾ ਦੇਣਗੇ ਔਰ ਜੇ ਕੋਈ ਜਿਹੜਾ ਕੁਛ ਇੱਥੇ ਇਹ ਵਾਪਰ ਰਿਹਾ ਹੈਗਾ ਇਹਨੂੰ ਰੋਕਣ ਦੇ ਵਿੱਚ ਆਪਣਾ ਯੋਗਦਾਨ ਪਾਉਣਗੇ। ਇੰਨਾ ਕੁਛ ਕਹਿੰਦਾ ਹੋਇਆ ਮੈਂ ਕਮੀਤ ਸਿੰਘ ਮਾਨ ਕਾਲੇ ਨੂੰ ਸ਼ਰਧਾ ਤੋਂ ਫੁੱਲ ਭੇਟ ਕਰਦਾ ਔਰ ਤੁਹਾਡੇ ਨਾਲ ਵਾਅਦਾ ਕਰਦਾ, ਜਿੰਨੀ ਸਾਡੀ ਸ਼ਕਤੀ ਆ, ਜਿੰਨੀ ਸਾਡੀ ਤਾਕਤ ਆ, ਜਿੰਨੀ ਸਾਡੀ ਸਮਝ ਆ, ਅਸੀਂ ਤਿਆਰ ਆ, ਅਸੀਂ ਲੋਕਾਂ ਜਾਵਾਂਗੇ ਔਰ ਜੋ ਸੰਘ ਫੈਸਲਾ ਕਰੂਗੀ ਉਹ ਤੁਹਾਨੂੰ ਚੜਾਵਾਂਗੇ। ਇਹਨਾਂ ਕੁਛ ਕਹਿ ਕੇ ਮੈਂ ਕਿਹਾ ਚਾਹੁੰਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਸ ਗੁਰਾਂ ਦੀ ਜੋਤ ਦੇ ਪ੍ਰਕਾਸ਼ ਵਿੱਚ ਬੈਠੇ ਸਾਸਰੀ ਜੀ, ਆਪਾਂ ਬੱਚੇ ਦੀ ਸ਼ਰਧਾਂਜਲੀ ਭੇਟ ਅੰਤਮ ਅਰਦਾਸ ਔਰ ਇਹ ਅਰਦਾਸ ਜੇ ਆਪਾਂ ਸੱਚੇ ਮਨੋਂ ਕਰਦੀ ਨਾ ਵਿਰਥੀ ਨਾ ਜਾਏ ਜਨ ਕੀ ਅਰਦਾਸ। ਤੁਹਾਡੇ ਦੇ ਨਾਲ ਰੁਕਣ ਤੁਸੀਂ ਅੱਜ ਮੰਨ ਲਓ ਵੀ ਇਨਸਾਫ਼ ਲੈਣਾ ਤੇ ਇਨਸਾਫ਼ ਲਾਜ਼ਮੀ ਹੋਊਗਾ। ਔਰ ਅੰਗਰੇਜ਼ ਕਦੇ ਨਹੀਂ ਬਚਦਾ, ਅੰਗਰੇਜ਼ ਵੀ ਨਹੀਂ ਬਚਦਾ, ਕਦੇ ਰਾਜ ਕਰਦਾ ਸ਼੍ਰੇਣੀ ਜਿਹੜੀ ਜੁਰਮ ਕਰਦੀ ਹੈ ਜਿੰਨੀ ਮਰਜ਼ੀ ਤਕੜੀ ਹੋਵੇ ਉਹ ਬਹੁਤ ਹੀ ਦੇਰ ਪਬਲਿਕ ਦਾ ਲੋਕਾਂ ਦਾ ਮੁਕਾਬਲਾ ਨਹੀਂ ਕਰਦੀ। ਕਈ ਵਾਰੀ ਸਾਡੇ ਮਨ ਦੇ ਵਿੱਚ ਕਿਉਂਕਿ ਲੰਮੀ ਗੁਲਾਮੀ ਦੇ ਸੰਸਕਾਰ ਭਰਦੇ, ਦੇਸ਼ 1300 ਦੇ ਗੁਲਾਮ ਰਿਹਾ ਉਹਦੇ ਸੰਸਕਾਰ ਭਰਦੇ ਕਿ ਭਾਈ ਰਾਜਾ ਜੋ ਮਰਜ਼ੀ ਕਰੇ ਉਸ ਜੋ ਮਰਜ਼ੀ ਕਰੇ ਲਗਵਾ ਨਹੀਂ। ਤੁਹਾਨੂੰ ਮੈਂ ਦੱਸਿਆ ਮੈਂ ਸਰਕਾਰ ਦਾ ਡਿਪਾਰਟਮੈਂਟ ਦੇ ਹੁਣੇ ਵੀ ਅਫਸਰ ਰਿਟਾਇਰ ਹੋਇਆ ਵੀ ਜਿੰਨੀ ਬਿਊਰੋਕਰੇਸੀ ਹੈ ਬਾਬਾ ਨਾਨਕ ਉਹਨਾਂ ਨੂੰ ਰਾਜੇਸ਼ੀ ਦੇ ਮੁਕੱਦਮ ਕੁੱਤੇ ਵਾਲਾ ਸੀ। ਹੁਣ ਦੱਸੋ ਆਪਾਂ ਆਪਣੇ ਵਾਲੇ ਵੱਡੀ ਆਖੀਏ ਜਾਇਜ਼ ਗੈਰ ਬੈਠੇ ਹੁੰਦੇ ਚੱਕਰ ਨੂੰ ਆਪਣੇ ਨਾਲ ਘਾਓ ਰੱਤ ਪਿੱਤ ਕੁੱਤੇ ਚੱਕ ਲੈ ਜਾਓ। ਇਹ ਜੋ ਇਹਦੇ ਬਾਬਾ ਕੀ ਕਹਿੰਦੇ ਪਟਵਾਰੀਆਂ ਦਾ ਮਾਮਲਾ ਸੀ। ਆਪਾਂ ਸ਼ਰਧਾਲੂਆਂ ਸਿੱਖਾਂ ਬਾਬੇ ਦੀ ਗੱਲ ਤਾਂ ਮੰਨ ਲਓ, ਬਾਬਾ ਕਦੇ ਕਹਿੰਦਾ ਮੈਂ ਡਾਂਗ ਮਾਰਨੀ ਆ, ਬਾਬਾ ਚੇਤਰ ਕਰਦਾ ਪਰ ਬਾਬੇ ਦੀ ਗੁਰਤ ਸਦਾ ਹੋ ਭਾਲ ਰੁਕਣੀ ਲਈ ਮੈਂ ਖੋਲਦਾ ਖੋਲਦਾ ਥੱਕ ਗਿਆ ਮੋਇਆ ਰਾਹ ਰੁਕ ਲਈ ਕੋਈ ਰਾਹ ਨਹੀਂ ਲੱਗਦਾ ਪਰ ਆਪਣੇ ਕੋਲ ਰਾਹ ਬਾਬੇ ਨਾਲ ਕਿਹੜੇ ਵਿਰਾਹ ਦਿੱਤਾ। ਆਪਾਂ ਇਸ ਇਨਸਾਫ਼ ਨੂੰ ਲੈ ਕੇ ਅੱਗੇ ਇੱਥੋਂ ਆਪਾਂ ਪਰਤ ਕਰਕੇ ਜਾਈਏ ਤੇ ਆਪਣੀ ਅਰਦਾਸ ਦੇ ਵਿੱਚ ਇਹ ਪਰਤ ਸ਼ਾਮਲ ਹੋਵੇ ਤਾਂ ਫਿਰ ਅਸੀਂ ਸਾਡੇ ਬੱਚੇ ਦਾ ਇਨਸਾਫ਼ ਲੈ ਸਕਾਂਗੇ। ਇਹ ਤੋਂ ਵੱਧ ਮੈਂ ਹੋਰ ਨਹੀਂ ਕਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਇੰਟਰਨੈਟ ਤਲਵੰਡੀ ਫਿਰੋਜ਼ਪੁਰ ਵੀ ਇੱਕ ਸਿੰਘ ਮਾਨਸਾ ਤਰਨ ਤਾਰਨ ਸਾਹਿਬ ਦੇ ਵਿੱਚ ਵੀ ਮਾਨਸਾ ਪਾਸੇ ਗੁਰਦੁਆਰੇ ਦੇ ਵਿੱਚ ਵੀ ਮਾਨਸਾ ਗੁਰੂ ਗੁਰਮੀਤ ਸਿੰਘ ਮਾਨਸਾ ਇਹ ਜਿਹੜੀ ਰਵਾਇਤ ਹੈ ਝੂਠੇ ਮੁਕਾਬਲਿਆਂ ਦੇ ਵਿੱਚ ਮਾਰਨ ਦੀ ਅੱਜ ਸਬੂਤ ਸੈਂਟਰ ਦੀ ਸਰਕਾਰ ਨੂੰ ਵੀ ਪੰਜਾਬ ਦੀ ਸਰਕਾਰ ਨੂੰ ਵੀ ਇਹ ਸਾਰਾ ਦਿੱਤਾ ਕਿ ਜਿਹੜੇ ਲੋਕ ਹੈ ਇਹ ਇਹੋ ਜਿਹੇ ਝੂਠੇ ਮੁਕਾਬਲਿਆਂ ਦੇ ਵਿੱਚ ਆਪਣੇ ਬੱਚਿਆਂ ਨੂੰ ਮਰਵਾਉਣ ਦੇ ਲਈ ਨਫ਼ਰਤ ਕਰਦੇ ਹੈ ਅਤੇ ਚੀਜ਼ ਨਹੀਂ ਸਮਝਦੇ। ਭਾਈ ਗੁਰਮੀਤ ਸਿੰਘ ਨੂੰ ਜਿਹੜਾ ਫੜ ਕੇ ਝੂਠੇ ਮੁਕਾਬਲੇ ਦੇ ਵਿੱਚ ਮਾਰਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ, ਸੈਂਟਰ ਦੀ ਬੀਜੇਪੀ ਦੀ ਸਰਕਾਰ ਨੇ, ਕੈਨੇਡਾ ਦੇ ਵਿੱਚ ਕੈਨੇਡਾ ਦੀ ਪਾਤਸ਼ਾਹੀ ਨੂੰ ਤੋੜ ਕੇ ਉੱਥੇ ਸਿੱਖ ਹਰਦੀਪ ਸਿੰਘ ਮਿਸ਼ਨ ਮਾਰਤਾ, ਇੱਕ ਮਨਕ ਮਾਰਤਾ, ਇੱਕ ਸਰਦੂਤ ਸਿੰਘ ਕੈਨੇਡਾ ਦੇ ਵਿੱਚ ਮਾਰ ਗਏ। ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਹੰਡਵਟ ਨੂੰ ਮਾਰਤਾ, ਲਖਬੀਰ ਸਿੰਘ ਰੋਡੇ ਨੂੰ ਮਾਰਤਾ, ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਤਾ, ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਤਾ। ਇਹ ਜਿਹੜੀਆਂ ਸਾਰੀਆਂ ਦੁਰਘਟਨਾ ਹੋ ਰਹੀਆਂ ਇਹਦਾ ਫੇਰ ਸਿੱਖ ਠੀਕ ਨਹੀਂ ਸਮਝਦੇ, ਉਹ ਬੋਲਦੇ ਹੈ ਅਤੇ ਇਹਦਾ ਵਿਰੋਧ ਕਰਦੇ ਹੈ। ਕੱਲ ਮੈਂ ਅਖਬਾਰਾਂ 'ਚ ਦੇਖਿਆ ਕਿ ਮੋਦੀ ਦੀ ਸਰਕਾਰ ਨੇ ਅਮਰੀਕਾ ਦੀ ਸਰਕਾਰ ਨੂੰ, ਬਰਤਾਨੀਆ ਦੀ ਸਰਕਾਰ ਨੂੰ, ਆਸਟ੍ਰੇਲੀਆ ਦੀ ਸਰਕਾਰ ਨੂੰ ਲਿਖਿਆ ਕਿ ਜਿਹੜੇ ਸਾਡੇ ਰਾਜਦੂਤ ਹੈਗੇ ਹੈ, ਸਫੀਰ ਹੈ ਤੁਹਾਡੇ ਮੁਲਕਾਂ ਦੇ ਵਿੱਚ ਕੰਮ ਕਰਦੇ, ਉਹਨਾਂ ਨੂੰ ਸਿੱਖਾਂ ਤੋਂ ਧਮਕੀਆਂ ਆ ਰਹੀਆਂ। ਹੁਣ ਜੇ ਕੰਮ ਉਹ ਜਿਹਾ ਕਰੋਗੇ ਸਿੱਖਾਂ ਦਾ ਕੋਈ ਦੇਸ਼ ਹੈ ਨਹੀਂ ਗਾ। ਇਸ ਕਰਕੇ ਸਿੱਖ ਹਰੇਕ ਮੁਲਕ ਦੇ ਵਿੱਚ ਫੈਲੇ ਹੋਏ ਹੈ। ਪਰ ਮੋਦੀ ਸਾਹਿਬ, ਹਿੰਦੁਤਵ ਸਾਹਿਬ, ਇੰਡੀਆ ਸਾਹਿਬ, ਤੁਸੀਂ ਹਰੇਕ ਮੁਲਕਾਂ ਦੇ ਵਿੱਚ ਨਹੀਂ ਹੈ, ਸਿੱਖ ਸਾਰੇ ਮੁਲਕਾਂ ਦੇ ਵਿੱਚ ਹੈਗੇ ਹੈ। ਅਤੇ ਜੇ ਤੁਸੀਂ ਇਸ ਤਰ੍ਹਾਂ ਮਰਵਾਓਗੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਬਿਆਨ ਦਿੱਤਾ ਕਿ ਇੰਡੀਆ ਦੀ ਹਕੂਮਤ ਨੇ ਇਹ ਕੈਨੇਡਾ ਦੇ ਵਿੱਚ ਕਤਲ ਕਰਾਏ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਹੁਣ ਨਹੀਂ ਹੋਣੀਆਂ ਚਾਹੀਦੀਆਂ। ਇਹ ਕੱਚ ਤੁਹਾਨੂੰ ਦੱਸਦਾ ਜੇ ਇਹ ਚੀਜ਼ਾਂ ਹੁੰਦੀਆਂ ਰਹੀਆਂ ਫਿਰ ਤੁਹਾਡੀ ਵੀ ਸਿਕਿਉਰਿਟੀ ਵੱਧ ਜਾਣੀ ਹੈ ਅਤੇ ਤੁਸੀਂ ਵੀ ਫਿਰ ਅਲਾਸੇ ਦੇਣੀ ਹੈ ਕਿ ਸਿੱਖਾਂ ਨੂੰ ਮੋੜੋ। ਸਿੱਖ ਨਹੀਂ ਮੁੜੂਗਾ ਜਦੋਂ ਤੁਸੀਂ ਵਾਰ ਕਰੋਗੇ, ਸਿੱਖ ਬਰਾਬਰ ਦਾ ਇਨਸਾਫ ਮੰਗੂਗਾ। ਬੇਸ਼ੱਕ ਹਕੂਮਤ ਕੋਲ ਮੰਗੇ ਜਾਂ ਖੁਦ ਆਪ ਲੈ ਲਵੇ। ਸੋ ਮੈਂ
ਬਿਲਕੁਲ ਮੋਦੀ ਸਾਹਿਬ ਨੂੰ ਵੀ ਸੈਕਟਰੀ ਗ੍ਰਹਿ ਵਜ਼ੀਰ ਅਮਿਤ ਸ਼ਾਹ ਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜਿਹੜੇ ਵੀ ਅਜਿਹੀ ਪੋਲਿਸੀ ਦੇ ਵਿੱਚ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਇੱਥੇ ਬੁਲਵਾ ਰਹੇ ਆ, ਇਹ ਖਤਮ ਕੀਤਾ ਜਾਵੇ। ਕਾਲੀ ਮੈਂ ਪੜ੍ਹਿਆ ਅਖਬਾਰਾਂ ਦੇ ਵਿੱਚ ਕਿ ਛੱਤੀਸਗੜ੍ਹ ਦੇ ਵਿੱਚ ਤਿੰਨ ਆਦਿਵਾਸੀਆਂ ਨੂੰ ਕਹਿ ਕਿ ਇਹ ਨਕਸਲਾਈਟ ਹੈ, ਉਹਨਾਂ ਨੂੰ ਗੋਲੀ ਨਾਲ ਮਾਰਤਾ। ਬਸ ਨਕਸਲਾਈਟ ਦਾ ਦਰਜਾ ਦੇ ਕੇ ਜਾਂ ਗੈਂਗਸਟਰ ਦਾ ਦਰਜਾ ਦੇ ਕੇ ਤੁਸੀਂ ਕਾਨੂੰਨੀ ਤੌਰ ਦੇ ਉੱਤੇ ਕਿਸੇ ਨੂੰ ਮਾਰ ਨਹੀਂ ਸਕਦੇ। ਹੈ ਇਹ ਕਾਨੂੰਨ ਦਾ ਕੰਮ ਹੈ ਕਿ ਉਹ ਸਜ਼ਾ ਦੇਵੇ, ਪਰ ਕਾਨੂੰਨ ਤੋਂ ਹਟ ਕੇ ਜਿਹੜੀਆਂ ਚੀਜ਼ਾਂ ਇਸ ਤਰ੍ਹਾਂ ਇੰਡੀਆ ਦੀ ਸਰਕਾਰ ਕਰ ਰਹੀ ਹੈ, ਪੰਜਾਬ ਦੀ ਸਰਕਾਰ ਕਰ ਰਹੀ ਹੈ, ਇਹਦਾ ਅਸਰ ਉਲਟਾ ਪੈ ਰਿਹਾ। ਔਰ ਫਿਰ ਜੇ ਜਵਾਬੀ ਕਾਰਵਾਈਆਂ ਕਰਨੀ ਲੱਗ ਪਏ ਦਿਓ ਤਾਂ ਫਿਰ ਕੰਮ ਔਖਾ ਹੋ ਜਾਂਦਾ। ਇਸ ਕਰਕੇ ਇਸ ਚੀਜ਼ ਨੂੰ ਮੈਂ ਬੇਨਤੀ ਕਰਦਾ ਮੋਦੀ ਸਾਹਿਬ ਤੇ ਕੇਜਰੀਵਾਲ ਸਾਹਿਬ ਤੇ ਸਾਰੇ ਜਿਹੜੇ ਬੀਜੇਪੀ ਜਾਂ ਹੋਰ ਸਰਕਾਰਾਂ ਰਾਜ ਕਰ ਰਹੀਆਂ ਕਿ ਸਿੱਖਾਂ ਨੂੰ ਹੱਥ ਨਾ ਲਾਓ, ਇਹ ਭੂੰਡਾਂ ਦੀ ਫਖਰ ਹੈ ਤੇ ਜੇ ਇਹਨੂੰ ਕਿਸੇ ਤਰ੍ਹਾਂ ਤੁਸੀਂ ਤੰਗ ਕੀਤਾ ਤੇ ਚਪੜ ਜਾਂਦੀ ਹੈ। ਸੋ ਮੈਂ ਆਸ ਕਰਦਾ ਜਿਹੜੇ ਕਿਸਾਨ ਬੈਠੇ ਹੈ ਉਹਨਾਂ ਦਾ ਵੀ ਆਪਾਂ ਨੇ ਪੂਰਾ ਸਾਥ ਦੇਣਾ। ਸ਼ੁਭ ਕਰਮਣ ਨੂੰ ਕਤਲ ਕਰਤਾ ਹਰਿਆਣੇ ਦੀ ਪੁਲਿਸ ਨੇ, ਪਰ ਕੱਲ ਜਾ ਕੇ 300 ਕਰੋੜ ਦਾ ਪਰਚਾ ਹੋਇਆ। ਇਸੇ ਤਰ੍ਹਾਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹਦੇ ਤੇ ਵੀ ਗੁਰਮੀਤ ਸਿੰਘ ਦਾ ਵੀ ਕਤਲ ਦਾ ਪਰਚਾ ਜਿਹੜੀ ਪੁਲਿਸ ਜਿਹਨਾਂ ਨੇ ਕੀਤਾ ਉਹ ਦਰਜ ਹੋਣਾ ਚਾਹੀਦਾ, ਉਹਦੀ ਤਫਤੀਸ਼ ਹੋਣੀ ਚਾਹੀਦੀ ਹੈ ਤੇ ਅਸੀਂ ਹਰੇਕ ਚੀਜ਼ ਕਰਾਂਗੇ ਕਿਸਾਨਾਂ ਦੇ ਲਈ, ਤੁਹਾਡੇ ਲਈ, ਜਿਹੜਾ ਕਿ ਇਹ ਰਾਜ ਸਰਕਾਰ ਦੀ ਗੋਲੀ ਦਾ ਇਹਦਾ ਖਾਤਮਾ ਕੀਤਾ ਜਾਵੇ। ਸੋ ਮੈਂ ਬਹੁਤ ਰੈਡੀ ਹੈ ਸਾਰੇ ਸੰਗਤ ਦਾ, ਜੋਗਾ ਸਾਹਿਬ ਦਾ, ਡੀ ਐਸ ਪੀ ਸੇਖੋ ਜੀ ਦਾ, ਸਾਰਿਆਂ ਦਾ ਜਿਹੜੇ ਇੱਕ ਹੋ ਕੇ ਹੁਣ ਅਗਲਾ ਐਕਸ਼ਨ ਲੈਣਗੇ, ਅਸੀਂ ਉਹਦੇ ਪਿੱਛੇ ਖੜ ਕੇ ਪੂਰੀ ਮਦਦ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹਦੀ ਪ੍ਰਾਪਤੀ ਹੋ ਜਾਵੇ ਤਾਂ ਆਪਣੀ ਕੌਮ, ਆਪਣੇ ਖਿੱਤੇ ਤੇ ਆਪਣੇ ਲੋਕਾਂ ਲਈ ਸੋਚਦਾ ਹੈ ਕਿ ਜਿਹੜਾ ਮੇਰੇ ਲੋਕਾਂ ਦਾ ਜੀਵਨ ਹੈ ਉਹ ਇਸ ਪੱਤਰ ਦਾ ਹੋਣਾ ਚਾਹੀਦਾ। ਇਹ ਸ਼ੇਖ ਨੂੰ, ਸਰਕਾਰਾਂ ਨੂੰ ਇਹ ਗੱਲਾਂ ਮਨਜ਼ੂਰ ਨਹੀਂ ਹੋਇਆ ਕਰਦੀਆਂ। ਇੱਕ ਮੰਤਰੀ ਪੱਧਰ ਦੀ ਗੱਲ ਹੈ, ਮੈਂ ਇੱਥੇ ਕਾਲੇ ਦੀ ਗੱਲ ਨਹੀਂ ਕਰਦਾ ਹੈਗਾ। ਜਦੋਂ ਕਦੇ ਵੀ ਜਮਹੂਰੀਅਤ ਦੀ ਆਵਾਜ਼ ਨੂੰ ਡੰਡੇ ਦੇ ਨਾਲ, ਬੰਦੂਕ ਦੀ ਨੋਕ ਨੋਕ ਦੇ ਨਾਲ ਦਬਾਉਣ ਦਾ ਯਤਨ ਕੀਤਾ ਗਿਆ, ਉਦੋਂ ਹੀ ਅਣਖਣੇ ਅਗੜਾਈ ਲਈ ਹੈ ਤੇ ਜਮਹੂਰੀਅਤ ਨੂੰ ਬਹਾਲ ਕਰਾਉਣ ਦੇ ਲਈ ਉਹੀ ਰਸਤਾ
ਸਿਰਾਂ ਤੋਂ ਲੈ ਕੇ ਅਪਣਾਉਣਾ ਪੈਂਦਾ ਬੰਦੂਕ ਦਾ ਜਵਾਬ ਬੰਦੂਕ, ਪਰ ਇਹ ਹੱਲ ਨਹੀਂ ਹੋਇਆ ਕਰਦਾ। ਐਡਾ ਸਤਿਕਾਰ ਹੈਗਾ ਸਿੱਖ ਕੌਮ ਦਾ ਸਮੁੱਚੀ ਦੁਨੀਆਂ ਦੇ ਅੰਦਰ, ਇਹਦੀ ਨੀਂਹ ਜੋ ਯੁਗਾਂਡਾ ਦੇ ਰਾਸ਼ਟਰਪਤੀ ਬਣੇ ਬਾਅਦ ਦੇ ਵਿੱਚ, ਉਹਨਾਂ ਨੇ ਕੁੱਲ ਦੁਨੀਆਂ ਦੇ ਲੋਕਾਂ ਨੂੰ ਆਪਣੇ ਖਿੱਤੇ ਦੇ ਵਿੱਚੋਂ ਜਲੀਲ ਕਰ ਛੱਡਿਆ ਹੀ ਨਹੀਂ, ਉਹਨਾਂ ਨੇ ਸਿਰ ਕਲਮ ਕੀਤੇ, ਉਹਨਾਂ ਦੇ ਦਿਲ ਤੱਕ ਉਹਨੇ ਬ੍ਰਿਜ ਰੱਖ ਲਏ ਸੀ। ਪਰ ਇੱਕ ਸਿੱਖ ਕੌਮ ਸੀ, ਸਿੱਖ ਕੌਮ ਦਾ ਇੱਕ ਵੀ ਬੰਦਾ ਇਹਦੀ ਜ਼ਮੀਨ ਨੇ ਮਾਰਿਆ ਨਹੀਂ ਸੀ। ਉਹ ਇਸ ਲਈ ਕਿ ਉਹਨੂੰ ਸਿੱਖ ਇਤਿਹਾਸ ਬਾਰੇ ਪਤਾ ਸੀ। ਉਹ ਕਹਿੰਦਾ ਵੀ ਇਹ ਇੱਕ ਅਣਖੀ ਲੋਕ ਹੈ, ਨਾ ਦਿਆਂ ਨੇ ਕਿਹਾ ਸਜ਼ਾ ਤੇ ਸਜ਼ਾ ਦੇਵਾਂਗਾ, ਪਰ ਇਹਨਾਂ ਨੂੰ ਕਤਲ ਨਹੀਂ ਕਰਾਂਗਾ। ਉਹ ਕਿਤੇ ਅਫਰੀਕੀ ਮੁਲਕ ਕਿੰਨੀ ਦੂਰ ਹੈ ਇੱਥੋਂ, ਉਹਨੂੰ ਪਤਾ ਸੀ ਇਹ ਕੌਮ ਕੀ ਹੁੰਦੀ ਹੈ। ਉਹ ਕਿਹਾ ਬਹਾਦਰ ਲੋਕਾਂ ਦੀ ਕੌਮ ਹੈ, ਇਸ ਕੌਮ ਨੇ ਹਮੇਸ਼ਾ ਹੱਕ ਸੱਚ ਦੇ ਲਈ ਲੜਿਆ, ਸੱਚ ਦੀ ਆਵਾਜ਼ ਉੱਚੀ ਕਰਨ ਲਈ ਇਸ ਕੌਮ ਨੇ ਜਿਹੜੀ ਹੈਗੀ ਉਹ ਆਪਣੀ ਆਵਾਜ਼ ਆ ਜੋ ਬੁਲੰਦ ਕੀਤੀ ਆ। ਤਾਂ ਉਹ ਖੁੰਖਾਰ ਰਾਸ਼ਟਰਪਤੀ ਜਿਹੜਾ ਬੰਦੇ ਦਾ ਦਿਲ ਕੱਢ ਕੇ ਖਾ ਲੈਂਦਾ ਸੀ, ਉਹਨੇ ਵੀ ਸਿੱਖ ਕੌਮ ਜਿੰਨੇ ਪੰਜਾਬੀ ਸਿੱਖ ਰਹਿੰਦੇ ਸਨ ਉਹਨਾਂ ਨੂੰ ਸਜ਼ਾ ਤਾਂ ਦਿੱਤੀ, ਉਹਨਾਂ ਨੇ ਕੱਪੜੇ ਉਤਾਰ ਕੇ ਉਹਨਾਂ ਨੂੰ ਉਹਨਾਂ ਟਿਕਾਣਿਆਂ 'ਤੇ ਭੇਜ ਦਿੱਤਾ। ਅਤੇ ਅੱਜ ਸਾਡੇ ਆਪਣਿਆਂ ਵੱਲੋਂ ਸਾਡੇ ਆਪਣੇ ਉਹ ਜਿਹੜੀ ਆ ਸਟੇਟ 'ਤੇ ਰਾਜ ਕਰੀਆਂ ਨੇ ਧਿਰਾਂ, ਜਿਸ ਜਿਹੜੀ ਧਿਰ ਦੇ ਲਈ, ਜਿਸ ਤਖਤ ਦੇ ਲਈ, ਜਿਸ ਤਖਤ ਗੁਲਾਮੀ ਦੇ ਜੂੜੇ ਹੇਠੋਂ ਕੱਢਣ ਦੇ ਲਈ ਜਿਸ ਕੌਮ ਨੇ ਬੇਸ਼ੁਮਾਰ ਕੁਰਬਾਨੀਆਂ ਕੀਤੀਆਂ, ਅਤੇ 75 ਸਾਲਾਂ ਤੋਂ ਬਾਅਦ ਅੱਜ ਵੀ ਅਸੀਂ ਕਿਤੇ ਕਿਤੇ ਮਹਿਸੂਸ ਕਰਨ ਲੱਗ ਜਾਂਦੇ ਹਾਂ ਵੀ ਉਹ ਸਾਡਾ ਮੁਲਕ, ਇਸ ਮੁਲਕ ਦੇ ਲਈ ਸਾਡੇ ਪੁਰਖਿਆਂ ਨੇ ਬੇਸ਼ੁਮਾਰ ਕੁਰਬਾਨੀਆਂ ਕੀਤੀਆਂ, ਲਹੂ ਲੋਹਿਆ, ਇਹ ਲੱਗਣ ਲੱਗ ਜਾਂਦਾ ਵੀ ਆਹ ਜਿਹੜਾ ਵਰਗ ਹੈ ਨਾ, ਇੱਕ ਸਿੱਖ ਆਖਦੇ ਹਾਂ, ਪੰਜਾਬ ਆਖਦੇ ਹਾਂ, ਵੀ ਇਹ ਜਿੰਨੇ ਗੁਲਾਮੀ ਦੀ ਜੂਨ ਅਸੀਂ ਬਸਰ ਕਰੇ ਹੋਵੇ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਬੈਠੀਆਂ ਨੇ, ਵਿਸਤਾਰ ਦੇ ਵਿੱਚ ਮੈਂ ਇਹ ਇੰਟਰਵਲ ਕਰਾਂਗਾ। 75 ਚਰਨ ਹੋਇਆ ਸੀਗਾ ਤੇ 47 ਕਵਰਿਆਂ ਦੀ ਗਰਮੀ ਦੀ ਉਮਰ ਸੀ, ਜਿਸ ਤਰ੍ਹਾਂ ਜਵਾਨੀ ਉਮਰ ਕਰਦੀ ਹੁੰਦੀ ਆ। ਤੇ ਮੇਰੇ ਨਾਲ ਵਾਸਤਾ ਜਿਹੜਾ ਇਹਨਾਂ ਦਾ ਹੈਗਾ ਸੀ, 2004 ਦੀ ਚੋਣ ਤੋਂ ਲਗਾਤਾਰ ਜੁੜਿਆ ਹੋਇਆ ਸੀ, ਜਿਹੜਾ ਹਰ ਯਤਨ ਰਿਹਾ। 2006 ਤੋਂ ਬਾਅਦ ਮੈਂ ਲਗਾਤਾਰ ਇਸ ਨੂੰ ਪੁੱਛਿਆ ਵੀ ਭਰਾ ਤੋਂ ਤੇਰੇ ਮਤ ਜਿਹੜੀ ਹੈਗੀ, ਲੋਕ ਬਹੁਤ ਨੇ, ਤੇਰਾ ਬੜਾ ਵੱਡਾ ਸਰਕਲ ਹੈ, ਇਹਨੂੰ ਲੋਕਾਂ ਦਾ ਜੀਵਨ ਸੁਧਾਰਨ ਦੇ ਲਈ ਇਹਨੂੰ ਕਿ ਸਿਆਸੀ ਪਿੜ ਅਖਤਿਆਰ ਕਰ ਲੈ। ਪਰ ਸਟੇਟ ਕਦੇ ਵੀ ਬਾਰ ਬਾਰ ਮਾਨ ਸਾਹਿਬ ਬਹੁਤ ਲੋਕਾਂ ਨੇ ਵਰਤਿਆ, ਇਹਨੂੰ ਪੌੜੀ ਬਣਾ ਕੇ ਹਰ ਇੱਕ ਪਾਰਟੀ ਨੇ ਵਰਤਿਆ, ਹਰ ਇੱਕ ਲੋਕਾਂ ਨੇ ਵਰਤਿਆ, ਪਰ ਇਹ ਉੱਥੇ ਦਾ ਉੱਥੇ ਹੀ ਕਿਡਾ ਰਿਹਾ। ਕਿਉਂਕਿ ਇਹ ਕੁਛ ਸੀ ਉਹਨੂੰ ਮੈਂ ਤਾਂ ਨੀ ਇੰਡਸਟਰੀ ਕਹਿੰਦਾ ਹੈਗਾ, ਇਹ ਕਿੰਨੇ ਕਾਲਿਆਂ ਦੀ ਲਾਈਨ ਜਿਹੜੀ ਅਜੇ ਹੋਰ ਖੜੀ ਆ, ਉਹਨਾਂ ਨੂੰ ਆਪਾਂ ਬਚਾਉਣਾ। ਹਰੇਕ ਚੱਤਰ ਕੀਤਾ ਮੈਂ ਇੱਥੋਂ ਇਸ ਧੋਕੇ ਲਈ, ਲੱਖੀ ਦਾ ਸਮੌਤਾ ਥੋੜ੍ਹਾ ਬਹੁਤਾ ਮੈਂ ਕਰਾਇਆ, ਹਰ ਚੰਦਨ ਸੀ ਵਿੱਕੀ ਗੌਂਡ ਤੋਂ ਲੈ ਕੇ ਸੁੱਕਾ ਕਾਲਵਾ, ਇਹ ਬੜੀ ਲੰਬੀ ਕਤਾਰ ਆ, ਰੋਕੀ ਲਾ ਲਓ, ਕਿੰਨੀ ਵੱਡੀ ਇਹ ਕਤਾਰ ਹੈਗੀ। ਇੱਕ ਸਿੱਖ ਹੁੰਦਾ ਸੀ ਮੁੰਡਾ ਬੜੀ, ਉਹਦੀ ਬਹੁਤ ਜ਼ਿਆਦਾ ਸਖਤ ਸੀ ਲੰਬਾ, ਤੇ ਉਹਨਾਂ ਨੂੰ ਬਚਣਾ ਚਾਹੀਦਾ ਸੀ, ਬਚਾਉਣਾ ਚਾਹੀਦਾ ਸੀ। ਹੁਣ ਮੇਰੇ ਜਿਹੜੇ ਭਰਾ ਜਿਹੜੇ ਇੱਥੋਂ ਤੋਂ ਫਿਰਦੇ ਤੁਰੇ, ਹੁਣ ਸਾਡੇ ਤਾਂ ਹੀਲੇ ਮੁੱਕ ਗਏ, ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ, ਤੁਸੀਂ ਬਹੁਤ ਵੱਡੀ ਸ਼ਕਤੀ ਬਣ ਸਕਦੇ ਹੋ, ਲੜਾਈਆਂ ਟੰਕਿਆਂ ਤੋਂ ਪਾਸੇ ਹੋ ਕੇ। ਇਹ ਜੋ ਸਟੇਟ ਅੱਜ ਲੱਗੀ ਹੈ ਸਾਡੇ ਤੇ, ਇਹ ਕਿਸੇ ਪਾਰਟੀ ਦਾ ਕੰਮ ਨਹੀਂ, ਕਿਸੇ ਵਿਅਕਤੀ ਦਾ ਕੰਮ ਨਹੀਂ, ਇਹ ਸਟੇਟ ਦੀ ਅੱਖ ਦਾ ਰੋਲਾ ਸੀਗਾ, ਇਸ ਕਰਕੇ ਅਲਾਂਬੇ ਉਹਨੂੰ ਕਰਨਾ ਪਿਆ। ਤੇ ਬਹੁਤ ਸਤਿਕਾਰ ਜੋ ਮੈਂ ਨਾਂ ਨਹੀਂ ਗਿਣ ਸਕਦਾ, ਸਾਰੀ ਪ੍ਰੈਸ ਆਇਓ, ਹਰ ਇੱਕ ਪਾਰਟੀ ਦਾ ਨੁਮਿੰਦਾ, ਸਿਮੌਰ ਆਗੂ ਇੱਥੇ, ਭਾਵੇਂ ਭਾਜਪਾ, ਭਾਵੇਂ ਅਕਾਲੀ ਦਲ ਬਾਦਲ ਹੈ, ਭਾਵੇਂ ਕਾਂਗਰਸ ਹੈ, ਭਾਵੇਂ ਕੋਈ ਵੀ ਪਾਰਟੀ ਆ, ਭਾਵੇਂ ਟਰੱਕ ਯੂਨੀਅਨ ਦੇ ਮੌਜੂਦਾ ਸਾਬਕਾ ਪ੍ਰਧਾਨ ਹੈ, ਉਹ ਸਾਰੇ ਆਏ ਨੇ। ਸਾਰਿਆਂ ਨੂੰ ਨਾਮ ਹੀ ਨਹੀਂ ਮੈਂ ਲੈ ਸਕਾਂਗਾ, ਸਾਡੇ ਬਹੁਤ ਹੀ
ਸਰਦਾਰ ਮਲਕੀਤ ਸਿੰਘ ਦੇ ਪੁੱਤਰ ਸਰਦਾਰ ਕਮਲ ਸਿੰਘ ਜੀ ਕਾਂਤਾ ਜਿਨ੍ਹਾਂ ਨਾਲ ਬੜਾ ਪਿਆਰ ਸੀ ਇਹਨਾਂ ਦੇ ਨਾਲ, ਉਹ ਵੀ ਫਾਈਲ ਭਰ ਕੇ ਗਏ ਨੇ, ਉਹਨਾਂ ਸਿੰਘਾਂ ਨੂੰ ਮੈਂ ਬੇਨਤੀ ਕਰਾਂਗਾ।